ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਪਿੰਡ ਖਹਿਰਾ ਮਾਝਾ ਵਿਖੇ ਕਰਵਾਏ 19ਵੇਂ ਕਬੱਡੀ ਕੱਪ ਵਿੱਚ ਅੰਤਰਰਾਸ਼ਟਰੀ ਖਿਡਾਰੀਆਂ ਵਿਚਕਾਰ ਫਸਵੇਂ ਮੁਕਾਬਲੇ ਵੇਖਣ ਨੂੰ ਮਿਲੇ। ਅਮਰੀਕਨ ਗੋਰੀਆਂ ਅਤੇ ਪੰਜਾਬੀ ਕੁੜੀਆਂ ਦੇ ਸ਼ੋਅ ਮੈਚ ਵਿੱਚ ਗੋਰੀਆਂ ਦੀ ਦਮਦਾਰ ਕਬੱਡੀ ਨੇ ਪੰਜਾਬਣਾਂ ਦੀ ਇੱਕ ਨਾ ਚੱਲਣ ਦਿੱਤੀ ਅਤੇ ਅਮਰੀਕਨ ਕੁੜੀਆਂ ਮੈਚ ਵਿੱਚ ਜੇਤੂ ਰਹੀਆਂ। ਕਬੱਡੀ ਅਕੈਡਮੀਆਂ ਦੇ ਫਾਈਨਲ ਮੁਕਾਬਲਾ ਵੀ ਬੇਹੱਦ ਰੋਚਕ ਰਿਹਾ। ਮੀਰੀਪਿਰੀ ਅਤੇ ਦੇਬਾ ਫਰੈਂਡ ਸਪੋਰਟਸ ਕਲੱਬ ਦੀ ਟੀਮ ਨੇ ਅਜੀਤ ਫਰੈਂਡ ਸਪੋਰਟਸ ਕਲੱਬ ਪਤੋਹੀਰਾ ਦੀ ਟੀਮ ਨੂੰ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਰੇਡ ਚਾਰ ਖਿਡਾਰਨਾ ਅਮਰੀਕਾ ਦੀਆਂ ਬਿਲਕੁਲ ਤਿਆਰ ਵਰ ਤਿਆਰ ਹੈ ਨਿੱਕੂ ਜੀ, ਕਿਹੋ ਜਿਹਾ ਰੰਗ ਵਜਿਆ ਹੋਇਆ ਮੇਲੇ ਦਾ ਮਾਹੌਲ ਦੇ ਲੋ, ਦੁਨੀਆ ਪੱਬਾਂ ਭਾਰ ਹੋ ਕੇ ਮੈਚ ਦੇਖ ਰਹੀ ਹੈ। ਮਟਿਆਰਾਂ ਨੇ ਸਾਡੇ ਪੰਜਾਬ ਦਾ ਨਾਂ ਉੱਚਾ ਕੀਤਾ, ਪੰਜਾਬ ਪੁਲਿਸ ਦਾ ਨਾਂ ਉੱਚਾ ਕੀਤਾ ਗਿਆ। ਖੇਡ ਬੰਦਾ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਨ ਪਹੁੰਚੇ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸੁਰਿੰਦਰ ਸਿੰਘ ਚੌਧਰੀ ਨੇ ਪ੍ਰਵਾਸੀ ਭਾਰਤੀ ਮਨੋਹਰ ਸਿੰਘ ਖਹਿਰਾ ਦੇ ਉੱਦਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਖੇਡ ਮੇਲਿਆਂ ਨਾਲ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਹੁੰਦਾ ਹੈ। ਖੇਡ ਮੇਲੇ ਦੀ ਸਮਾਪਤੀ 'ਤੇ ਸੁਨੰਦਾ ਸ਼ਰਮਾ ਨੇ ਚਰਚਿਤ ਗੀਤ ਪੇਸ਼ ਕਰਕੇ ਖੇਡਮਈ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਇਹ ਜਿੱਦਾਂ ਅਸੀਂ 27 ਜਨਵਰੀ 1999 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਨਾਂ 'ਤੇ ਸ਼ੁਰੂ ਕੀਤਾ ਸੀ ਕੱਪ। ਪਹਿਲਾਂ ਅਸੀਂ 2014 ਤੱਕ ਜਲੰਧਰ ਕਰਾਇਆ, ਉਸ ਤੋਂ ਬਾਅਦ ਇੱਥੇ ਅਸੀਂ ਪਿੰਡ ਕਰਾਉਂਦੇ ਹਾਂ। ਹੁਣ ਜਿੱਦਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਸ਼ਹੀਦ ਬਾਬਾ ਦੀਪ ਸਿੰਘ ਦੇ ਨਾਂ 'ਤੇ ਟੂਰਨਾਮੈਂਟ ਕਰਾ ਰਹੇ ਹਾਂ ਅਤੇ 19ਵਾਂ ਟੂਰਨਾਮੈਂਟ ਹੈ। ਐਤਕੀ ਕਿੰਨੇ ਕਿੰਨੇ ਕਲੱਬਾਂ ਨੇ ਮੈਚ ਹੋਣੇ? ਮੈਚ ਜੀ ਇਹਦੇ ਵਿੱਚ 8 ਅਕੈਡਮੀਆਂ ਭਾਗ ਲੈਂਦੀਆਂ ਆ, ਜਿਹੜੀਆਂ ਪੰਜਾਬ ਦੀਆਂ ਟੌਪ ਦੀਆਂ ਅਕੈਡਮੀਆਂ ਹੁਣ ਉਹ ਲੈ ਜਾਂਦੀਆਂ। ਅਤੇ ਇਹ ਤੁਹਾਡਾ ਕੀ ਮਕਸਦ ਆ ਵੀ ਟੂਰਨਾਮੈਂਟ ਕਰਾਉਣੇ ਹਰ ਵਾਰ? ਮਕਸਦ ਸਾਡਾ ਇਹ ਹੈ ਜੀ, ਅਸੀਂ ਆਪ ਕਬੱਡੀ ਖੇਡਦੇ ਰਹੇ ਹਾਂ ਅਤੇ ਕਬੱਡੀ ਨਾਲ ਸਾਡੇ ਨਾਲ ਜੁੜੇ ਹੀ ਹਾਂ ਜੀ। ਮਕਸਦ ਐਡਾ ਕੋਈ ਪੂਰਾ ਵੀ ਨਹੀਂ ਸਾਡਾ ਹੁੰਦਾ, ਇਹ ਸਮਝ ਲਓ ਵੀ ਸਾਡਾ ਸ਼ੌਂਕ ਸਮਝ ਲਓ, ਕਬੱਡੀ ਦੇ ਨਾਲ ਲੱਗੇ ਹਾਂ ਇਸ ਕਰਕੇ ਕਰਾ ਰਹੇ ਹਾਂ। ਜਿੱਦਾਂ ਹੁਣ ਵਿਦੇਸ਼ਾਂ 'ਚ ਵੀ ਕਬੱਡੀ ਹੁੰਦੀ ਅਤੇ ਇੱਥੇ ਹੁੰਦੀ, ਕੀ ਫਰਕ ਉਹਦੇ ਵਿੱਚ ਸਮਝਣੇ? ਕੋਈ ਫਰਕ ਨਹੀਂ ਗਾ ਜੀ, ਵਿਦੇਸ਼ਾਂ 'ਚ ਵੀ ਪ੍ਰਬੰਧ ਕੀ ਕਰਾ ਰਹੇ ਆ, ਇੱਥੇ ਵੀ ਪ੍ਰਬੰਧ ਕੀ ਕਰਾ ਰਹੇ ਆ, ਠੀਕ ਬਸ ਸੇਮ ਹੀ ਲੱਗਦਾ ਜੀ ਸਾਰਾ ਕੁਝ। ਪਰ ਸਭ ਨੂੰ ਸੰਦੇਸ਼ ਦੇ ਦਿਓ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। 8 ਨਵੰਬਰ ਟੀਮਾਂ ਭਾਗ ਲੈਣਗੀਆਂ ਟੂਰਨਾਮੈਂਟ, ਬਹੁਤ ਪੁਰਾਣਾ ਟੂਰਨਾਮੈਂਟ ਆਈ ਹੈ, ਕੋਈ 92-93 ਤੋਂ ਪਹਿਲਾਂ ਪਿੰਡ ਹੁੰਦਾ ਰਿਹਾ, ਫਿਰ 99 ਤੋਂ ਲੈ ਕੇ 14 ਤੱਕ ਜਲੰਧਰ 'ਚ ਕਰਾਇਆ ਅਤੇ ਸਰ ਮਨੋਹਰ ਸਿੰਘ ਜੀ ਖਹਿਰਾ ਉਹਨਾਂ ਨੇ, ਉਸ ਤੋਂ ਬਾਅਦ ਹੁਣ 19ਵਾਂ ਟੂਰਨਾਮੈਂਟ ਹੈਗਾ ਜੀ। ਕਿਹੜੇ ਕਿਹੜੇ ਅੰਤਰਰਾਸ਼ਟਰੀ ਖਿਡਾਰੀ ਵੀ ਆ ਰਹੇ ਇੱਥੇ ਕੋਈ? ਹਾਂਜੀ ਹਾਂਜੀ, ਅੰਤਰਰਾਸ਼ਟਰੀ ਖਿਡਾਰੀ ਖੁਸ਼ੀ ਦਿੜਵਾ ਜੀ, ਮੰਗ ਸਿੰਘ ਮੰਗੀ, ਬਾਗੀ ਪਰਮਜੀਤ ਕੌਰ ਜੀ, ਸੁੱਖਾ ਭੰਡਾਲ ਜੀ, ਗੁਰਲਾਲ ਘਨੌਰ, ਐਦਾਂ ਅੰਤਰਰਾਸ਼ਟਰੀ ਲੈ ਸਾਰੇ ਆ ਰਹੇ। ਕਪੂਰਥਲਾ ਤੋਂ ਇੰਦਰਜੀਤ ਸਿੰਘ ਦੀ ਰਿਪੋਰਟ, ਏ ਟੀ ਵੀ ਨਿਊਜ਼।